प्रसाद सब जगत प्रसाद सब जगत
ਸ਼ਾਹੀ ਕੈਲੰਡਰ 2003 ਵਿੱਚ ਜੋ ਲਾਗੂ ਕੀਤਾ ਗਿਆ ਸੀ ਉਸ ਮੁਤਾਬਕ ਕੱਲ੍ਹ ਵਾਲੇ ਦਿਨ ਸੀ। ਸਾਹਿਬ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਇੱਕ ਪਦਾ ਆਪ ਜੀ ਨੂੰ ਪੜ੍ਹ ਕੇ ਸੁਣਾਇਆ ਹੈ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਲਾਇਆ। ਤੇ ਆਉਣ ਵਾਲਾ ਧਨ ਹੋਵੇ ਜਿਸ ਦੇ ਆਉਣ ਨੂੰ ਧਨ ਆਖਿਆ ਗਿਆ ਹੋਵੇ ਅਤੇ ਉਸਨੂੰ ਅਸੀਂ ਵੀ ਤਾਂ ਧਨ ਆਖੀਏ, ਸਾਨੂੰ ਵੀ ਤਾਂ ਧਨ ਕਹਿਣਾ ਚਾਹੀਦਾ। ਜਿਹਦੇ ਆਉਣ ਨੂੰ ਧਨ ਕਿਹਾ ਗਿਆ ਉਸਨੂੰ ਕਹਿਣ ਵਾਸਤੇ ਸਾਨੂੰ ਵੀ ਸਤਿਗੁਰੂ ਜੀ ਪ੍ਰੇਰਨਾ ਕਰਦੇ ਨੇ, ਸਭ ਆਖੋ ਧਨ 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 ਸਭ। ਸਾਹਿਬ ਜੀ ਦੀ ਪਵਿੱਤਰ ਮੁਬਾਰਕ ਰਸਾਂ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਬਚਨ। ਸਭ ਆਖੋ ਧਨ 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 ਗੁਰ ਸੋਈ, ਸਭ ਆਖੋ ਧਨ 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 ਗੁਰ ਸੋਈ, ਸਭ ਆਖੋ ਧਨ ਆਖੋ ਧੰਨ
ਸਮਿਆ ਕੋ ਤਨ 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 ਗੁਰ ਸੋ ਸਮਿਆ ਕੋ ਤਨ 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 ਗੁਰ ਸੋ ਤੂੰ ਕਰਨ ਕਾਰਨ ਸਮਰੱਥ ਹੈ ਸਭ ਆਖੋ
सच मैं करते समरच है करते मैं कुछ बिन अवर न कोई सब आखो धन 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 गुरसो सब आखो धन 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 गुरसोई धन गुरसो गुरमुख नानक आराधया गुरमुख नानक सब आखो धन 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 गुरसो जिन्नी गुदनो धन गया जिन्नी दुदनो धन गया तिन जम नेग नया ਜਿੱਥੇ ਉਸਦਾ ਆਉਣਾ ਧਨ ਹੈ ਉੱਥੇ ਸਾਡਾ ਵੀ ਫਰਜ਼ ਬਣਦਾ ਸੀ ਵੀ ਉਸਨੂੰ ਧਨ ਆਖੀਏ ਜੇ ਸਾਡੇ ਧਨ ਆਖਣ ਨਾਲ ਸਾਨੂੰ ਕੀ ਲਾਭ ਹੋਵੇਗਾ ਜੇ ਅਸੀਂ ਉਸਨੂੰ ਧਨ ਆਖਾਂਗੇ ਤੇ ਸਾਨੂੰ ਕੀ ਫਾਇਦਾ ਹੋਵੇਗਾ ਮੈਂ ਇੱਕ ਹੋਰ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਇਸੇ ਲੜੀ ਵਿੱਚ ਸਤਿਗੁਰੂ ਗਰੀਬਨ ਵਾਲੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਿੱਖਾ ਤੂੰ ਉਸਨੂੰ ਧਨ ਆਖੇ ਉਹਨੂੰ ਤੇ ਕੋਈ ਫਰਕ ਨਹੀਂ ਪੈਣਾ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾ ਉਹਨੂੰ ਤੇ ਕੋਈ ਫਰਕ ਨਹੀਂ ਉਹ ਸਾਡੇ ਆਖਿਆ ਕੋਈ ਵੱਡਾ ਨਹੀਂ ਹੋ ਜਾਣਾ ਅਤੇ ਸਾਡੇ ਆਖਿਆ ਕੋਈ ਘੱਟ ਵੀ ਨਹੀਂ ਜਾਣਾ ਪਰ ਸਾਨੂੰ ਕੀ ਫਰਕ ਪੈਣਾ ਉਹਨੂੰ ਨਹੀਂ ਪੈਣਾ ਪਰ ਸਾਨੂੰ ਜ਼ਰੂਰ ਪਵੇਗਾ ਸਾਨੂੰ ਕੀ ਫਰਕ ਪਵੇਗਾ ਸਤਿਗੁਰ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਮੈਂ ਪੜ੍ਹਨ ਲੱਗਾ ਤੁਹਾਡੇ ਨਾਲ ਸਾਂਝਾ ਕਰ ਲੈਂਦਾ ਜੇ ਅਸੀਂ ਧਨ ਆਖਾਂਗੇ ਉਸਨੂੰ ਤੇ ਸਾਡੇ ਭਾਗ ਧਨ ਹੋਣਗੇ ਸਾਡੇ ਭਾਗ ਵੀ ਧਨ ਹੋਣਗੇ ਅਸੀਂ ਵੀ ਧਨ ਭਾਗਾਂ ਵਾਲੇ ਹੋਵਾਂਗੇ ਅਤੇ ਸਤਿਗੁਰੂ ਜੀ ਦਾ ਪਵਿੱਤਰ ਬਚਨ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਦਾ ਪਵਿੱਤਰ ਭਾਵਨ ਸ਼ਬਦ ਮੈਂ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਆਇਆ
Oh.
ਸਾਰੇ ਮਿਲ ਕੇ ਅਸੀਂ ਪੜ੍ਹੀਏ ਸਭ ਆਖੋ ਧੰਨ 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 ਗੁਰ ਸੋਈ ਸਭ ਆਖੋ ਧੰਨ ਪੜ੍ਹਨੇ ਔਖੇ ਨਹੀਂ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋ ਕੋਈ ਮੁਸ਼ਕਲ ਲੱਖਦੇ ਨਹੀਂ ਬਸ ਕੇਵਲ ਖੇਚਲ ਥੋੜ੍ਹੀ ਜਿਹੀ ਤੁਹਾਨੂੰ ਕਰਨੀ ਪੈਣੀ ਹੈ ਸਾਰੇ ਕਿਰਪਾਲਤਾ ਕਰੋ ਜੀ ਸਭ ਆਖੋ ਧੰਨ 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 ਗੁਰ ਸੋ ਸਭ ਆਖੋ ਧੰਨ ਜਿਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ 1595 ਵਿੱਚ ਆਪ ਜੀ ਦਾ ਅਵਤਾਰ ਹੋਇਆ 1606 ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਸ਼ਹੀਦ ਹੋ ਜਾਂਦੇ ਨੇ 11 ਸਾਲ ਬਣਦੇ ਨੇ ਗੇ 11 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੀ ਦੇ ਸੰਬੰਧ ਵਿੱਚ ਐਤਵਾਰ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਆਓ ਸਾਰੀ ਕਿਰਪਾਲਤਾ ਕਰੋ ਕੋਈ ਰਸਨਾ ਖਾਲੀ